ਤੁਹਾਡੇ ਕੋਲ ਜ਼ਮੀਨ ਵੀ ਆਪਣੀ ਨਹੀਂ, ਫਾਰਮ ਵੀ ਨਹੀਂ ਆਪਣਾ, ਤੁਸੀਂ ਅਗਰ ਜਗ੍ਹਾ ਕਿਰਾਏ ਤੇ ਲੈ ਕੇ ਸ਼ਹਿਰ ਸੈਟਅਪ ਸ਼ੁਰੂ ਕਰਦੇ ਹੋ ਨਾ, ਤੇ ਮੈਂ ਗਰੰਟੀ ਨਾਲ ਆਖਣਾ, ਜਿਹੜਾ ਬਾਈ ਆਖਦਾ ਕਹਿੰਦਾ ਜੀ ਫਾਇਦਾ ਨਹੀਂ, ਮੇਰੇ ਨਾਲ ਰਾਬਤਾ ਕਰੇ, ਅਗਰ ਫਾਇਦਾ ਨਾ ਹੋਵੇ ਤੇ ਮੈਂ ਉਹਨੂੰ ਲਿਖ ਕੇ ਦੇਵਾਂਗਾ, ਉਹ ਜਿਹੜਾ ਨੁਕਸਾਨ ਹੁੰਦਾ ਮੈਂ ਪੂਰਾ ਕਰਾਂ ਦਾ, ਜਿਸ ਤਰੀਕੇ ਮੈਂ ਫਾਰਮਿੰਗ ਕਰਾਂ ਉਸ ਤਰੀਕੇ ਕਰਨ। ਕਿਆ ਬਾਤ ਹੈ, ਕਿ ਹਲਾਲ ਹੈ, ਅੱਲਾ ਪਾਕ ਕਹਿੰਦੇ ਜੀ ਤੁਹਾਨੂੰ ਬਹੁਤ ਜ਼ਿਆਦਾ ਰੋਜ਼ੀ ਦੇਗਾ, ਹੱਦ ਤੋਂ ਜ਼ਿਆਦਾ ਦੇਗਾ ਰੋਜ਼ੀ। ਕਿਆ ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ, ਸ਼ੁਰੂ ਅੱਲਾ ਕੇ ਨਾਮ ਸੇ ਜੋ ਬੜਾ ਮਿਹਰਬਾਨ ਨਹਾਇਤ ਰਹਿਮ ਕਰਨੇ ਵਾਲਾ ਹੈ। ਦੋਸਤੋ ਬਜ਼ੁਰਗੋ, ਆਪ ਦੇਖ ਰਹੇ ਆਪਣਾ ਯੂਟਿਊਬ ਚੈਨਲ ਐਂਡ ਫੇਸਬੁੱਕ ਪੇਜ ਬਿਜ਼ਨਸ ਟਾਕਸ ਅਫੀਸ਼ੀਅਲ ਵਿਦ ਏ ਜੀ ਅਦਰ, ਹਾਂ ਫੇਸਬੁੱਕ ਪੇਜ ਵੀ ਹੈ। ਤਾਂ ਅੱਜ ਫਿਰ ਮੈਂ ਸੋਚਿਆ ਕਿ ਬੱਛੜਾ ਫਾਰਮਿੰਗ ਕਾ ਹੀ ਇਨਫਾਰਮੇਸ਼ਨ ਕਿਉਂ ਨਾ ਲਈ ਜਾਏ, ਛੋਟਾ ਜਿਹਾ ਯਾਨੀ ਕਿ ਛੋਟਾ ਜਿਹਾ ਕਾਮ ਹੈ, ਇਤਨਾ ਬੜਾ ਨਹੀਂ, ਫਾਰਮ ਖੋਲਾ ਹੈ, ਲੇਕਿਨ ਇੱਕ ਤਰੀਕੇ ਕੇ ਸਾਥ ਇਹ ਬਾਈ ਕਾਮ ਕਰ ਰਿਹਾ ਹੈ। ਵੀਡੀਓ ਕੋ ਮੁਕੰਮਲ ਦੇਖਣਾ ਹੈ, ਵੀਡੀਓ ਕੋ ਆਗੇ ਪਿੱਛੇ ਨਹੀਂ ਕਰਨਾ, ਕਿਉਂਕਿ ਇਹ ਕੁਰਬਾਨੀ 2024 ਕਾ ਮਾਲ ਹੈ। ਇਹ ਮਾਲ ਚੈੱਕ ਕਰੇ, ਖੂਬਸੂਰਤੀ ਵੀ ਔਰ ਤਿਆਰ ਵੀ ਬਹੁਤ ਦੇਸੀ ਵੰਡੇ ਕੇ ਸਾਥ ਤਿਆਰ ਕੀ ਹੈ, ਨਿਊ ਕਲੈਕਸ਼ਨ ਹੈ ਕੁਰਬਾਨੀ ਕੀ। ਤੋ ਚਲਦੇ ਇਸ ਬਾਈ ਕੇ ਪਾਸ, ਕਿਉਂਕਿ ਆਪ ਜਾਣਤੇ ਹੈ ਇਨਕੀ ਪਹਿਲੇ ਕੱਟਾ ਕੀ ਕੱਟੋ ਕੀ ਮੈਂ ਵੀਡੀਓ ਬਣਾਈ, ਇਸਕੇ ਬਾਅਦ ਬੱਚੜਾ ਫਾਰਮਿੰਗ ਕੀ ਵੀਡੀਓ ਬਣਾਈ, ਬਹੁਤ ਮਸ਼ਹੂਰ ਮਰੂਫ ਹੈ। ਤੋ ਸਭ ਕੁਛ ਇਨਕੀ ਜ਼ਬਾਨੀ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ ਸਰ, ਕੀ ਹਾਲ ਹੈ? ਸ਼ੁਕਰ ਅੱਲਾ ਪਾਕ ਦਾ ਅਜ਼ਰ ਭਾਈ, ਤੁਸੀਂ ਸੁਣਾਓ? ਠੀਕ ਅਲਹਮਦੁਲਿਲਾਹ, ਤਬੀਅਤ ਸੇ ਤਾਂ ਠੀਕ ਨੇ, ਸ਼ੁਕਰ ਅੱਲਾ ਪਾਕ ਦਾ। ਸਭ ਤੋਂ ਪਹਿਲਾਂ ਮੇਰੇ ਵੇਖਣ ਆਪਣਾ ਆਪਣੇ ਇਲਾਕੇ ਦਾ ਤਾਰਖ ਕਰਾ ਦਿਓ। ਇਹ ਜੀ ਸਾਹਿਬ, ਮੇਰਾ ਨਾਮ ਸਦਾਕਤ ਜੇਡੂ ਹੈ ਜੀ, ਮੌਜਾ ਜੇਡੂ, ਤਹਿਸੀਲੋ ਜ਼ਿਲ੍ਹਾ ਉਕਾੜਾ, ਸੈਯਦ ਵਾਲਾ ਰੋਡ ਤੇ ਆਪਣਾ ਗਾਉਂ ਹੈ, ਉੱਥੇ ਆਪਣਾ ਫਾਰਮ ਹੈ। ਅੱਛਾ ਅੱਛਾ, ਬਾਕੀ ਜ਼ਿਲ੍ਹਾ ਉਕਾੜਾ? ਜੀ ਜ਼ਿਲ੍ਹਾ ਉਕਾੜਾ, ਤਹਿਸੀਲੋ ਜ਼ਿਲ੍ਹਾ ਉਕਾੜਾ। ਅੱਛਾ ਅੱਛਾ, ਮਾਸ਼ਾਅੱਲਾ। ਅੱਛਾ, ਨੰਬਰ ਵੀ ਦੱਸ ਦਿਓ ਭਾਈ ਜਾਨ। ਨੰਬਰ 0316-7472-869। ਅੱਛਾ ਸਦਾਕਤ ਭਾਈ, ਬੜੇ ਬੜੇ ਬੰਦਿਆਂ ਦਾ ਕੰਮ ਮੈਂ ਵੇਖਿਆ, ਬੜੇ ਬੜੇ ਫਾਰਮਰ ਤੇ ਮੈਂ ਗਿਆ, ਮਾਸ਼ਾ ਤੁਸੀਂ ਇੱਕ ਅਨੋਖੇ ਤਰੀਕੇ ਨਾਲ ਜਾਨਵਰ ਤਿਆਰ ਕੀਤੇ ਨੇ, ਉਹ ਵੀ ਦੇਸੀ ਖੁਰਾਕ ਨਾਲ। ਕੀ ਇਹਦੇ ਜੋ ਐਸੀ ਕੁਛ ਹੈ ਪਾਤੀ ਜਿਹਦੇ ਨਾਲ ਚਮਕ ਵੀ ਤੇ ਬੱਚੇ ਬੜੀ ਜਲਦੀ ਤਿਆਰ ਕਰ ਲਏ, ਕੀ ਕੀਤਾ ਜੇ? ਇਹ ਬਹਿ ਜਾ ਨੈਚੁਰਲ ਖੁਰਾਕ ਤੇ ਦੇਸੀ ਤੇ ਤਿਆਰ ਕਰੀ ਤੇ ਚਮਕ ਆਟੋਮੈਟਿਕ ਆ ਜਾਂਦੀ, ਬਾਕੀ ਤੁਸੀਂ ਜਿਹੜੀ ਮਿਹਨਤ ਕਰਦੇ ਹੋ ਉਹਦਾ ਫਲ ਤੁਹਾਨੂੰ ਪਤਾ ਜ਼ਰੂਰ ਮਿਲਦਾ ਹੈ। ਮਿਹਨਤ ਕਰੀ ਦੀ, ਇਹਨਾਂ ਨੂੰ ਟਾਈਮ ਦੇਵੀਦਾ, ਪ੍ਰੋਪਰ ਖੁਰਾਕ, ਪਾਣੀ ਅੱਛੇ ਤਰੀਕੇ ਨਾਲ ਇਹਨਾਂ ਦਾ ਹਰ ਟਾਈਮ ਮੈਨੇਜ ਰੱਖੀਦਾ ਹੈ, ਕਿ ਕੋਈ ਕਿਸੇ ਚੀਜ਼ ਦੀ ਕਮੀ ਨਾ ਆਵੇ ਇਹਨਾਂ। ਬਿਲਕੁਲ, ਉਸ ਅੱਛੀ ਖੁਰਾਕ, ਜਿੰਨੀ ਅੱਛੀ ਤੁਸੀਂ ਖੁਰਾਕ ਦੇ ਦਿਓ, ਖਰਚਾ ਤਾਂ ਹੁੰਦਾ ਹੈ ਦੇਸੀ ਖੁਰਾਕ ਤਾਂ ਤੁਹਾਨੂੰ ਪਤਾ ਹੈ, ਗੰਦਮ, ਮੱਕੀ, ਹਰ ਚੀਜ਼ ਮਹਿੰਗੀ, ਇਹਦਾ ਖਰਚਾ ਹੈ, ਦੇਸੀ ਜਿਹੜੀਆਂ ਚੀਜ਼ਾਂ ਨੇ। ਹਾਂ ਬਿਲਕੁਲ, ਇਹ ਮਹਿੰਗੀਆਂ ਚੀਜ਼ਾਂ, ਲੇਕਿਨ ਖਰਚਾ ਹੁੰਦਾ, ਲੇਕਿਨ ਰਿਜ਼ਲਟ ਤੁਹਾਡੇ ਸਾਹਮਣੇ, ਤੁਸੀਂ ਬੱਛੜੇ ਕਾਫੀ ਫਾਰਮ ਤੇ ਤੁਸੀਂ ਗਏ ਹੋ, ਰਿਜ਼ਲਟ ਤੁਸੀਂ ਕੀਤਾ, ਲੇਕਿਨ ਅਲਹਮਦੁਲਿਲਾ ਜਿੰਨੇ ਅੱਛੇ ਤਿਆਰ ਹੋਏ ਨੇ ਬੱਛੜੇ ਤੁਸੀਂ ਖੁਦ ਦੇਖ ਸਕਦੇ ਹੋ। ਮਾਸ਼ਾਅੱਲਾ, ਬੱਛੇ ਤਾਂ ਬੜੇ ਸੋਹਣੇ ਤਿਆਰ ਕੀਤੇ ਨੇ, ਇਹ ਕਿੰਨਾ ਦਿਨਾਂ 'ਚ ਤਿਆਰ ਕੀਤੇ ਜੇ? ਇਹ ਸਿਰਫ 3 ਮਹੀਨੇ 'ਚ ਜੀ ਸਾਹਿਬ ਤਿਆਰ ਹੋਏ, 3 ਦਿਨ, 90 ਦਿਨ, 3 ਮਹੀਨੇ ਤੋਂ ਵੀ ਕੁਝ ਦਿਨ ਅਜੇ ਘੱਟ ਹਨ, ਅਜੇ ਮਤਲਬ 10 ਦਿਨ ਘੱਟ ਹੀ ਹਨ, 80 ਦਿਨ ਤਿਆਰ ਤਕਰੀਬਨ ਹੋ ਗਏ ਨੇ ਬੱਛੇ। ਮਾਸ਼ਾਅੱਲਾ ਜੀ, ਬੱਛੇ ਚੈੱਕ ਕਰ ਲਓ ਬਾਈ ਦੇ, ਬੱਚੇ ਸੋਹਣੇ ਨੇ ਤੇ ਤਿਆਰ ਵੀ ਸੋਹਣੇ ਕੀਤੇ ਨੇ। ਮਾਸ਼ਾਅੱਲਾ, ਬੜੀ ਖੁਸ਼ੀ ਹੋਈ ਹੈ ਸਦਾਕਤ ਭਾਈ ਤੁਹਾਨੂੰ ਮਿਲ ਕੇ, ਔਰ ਮਾਸ਼ਾਅੱਲਾ ਤੁਸੀਂ ਅੱਛੀ ਅੱਛੀ ਮਾਲੂਮਾਤ ਦਿੰਦੇ ਜੇ। ਹੁਣ ਇਹ ਕੁਰਬਾਨੀ 2024 ਦਾ ਮਾਲ ਤਾਂ ਹੈ, ਸਾਰੇ ਦੋਂਦੇ ਬੱਚੇ ਨਾ, ਸਾਰੇ ਦੋਂਦੇ ਆ ਜਿਹੜੇ ਬੱਚੇ ਦੋਂਦੇ ਖੜੇ ਨੇ, ਦੋ ਬੱਚੇ ਖੀਰੇ ਸੀ, ਉਹ ਸਾਈਡ ਤੇ ਮੈਂ ਪਿੱਛੇ ਕਰ ਦਿੱਤੇ ਨੇ, ਉਹ ਬੱਚੇ ਵਿੱਚ ਨਹੀਂ ਪਏ। ਗੱਲਾਂ ਮੈਂ ਬਾਅਦ ਵੀ ਕਰਾਂਗਾ, ਪਹਿਲਾਂ ਮੈਂ ਥੋੜੀ ਜਿਹੀ ਮਾਲੂਮਾਤ ਆਪਣੇ ਭਰਾਵਾਂ ਵਾਸਤੇ ਇਕੱਠੀ ਕਰ ਲਵਾਂ। ਅੱਛਾ, ਮੈਂ ਹੁਣ ਜਾਣਨਾ ਚਾਹੁੰਦਾ ਇਸ ਫਾਰਮਿੰਗ 'ਚ ਕੀ ਕੁਝ ਲੱਭ ਜਾਂਦਾ ਹੈ? ਆਇਆ ਕਿ ਨਿਹਰੇ ਲੋਕ ਪੰਪ ਛੱਡ ਦੇਣੇ, ਕਾ ਕਿ ਕਿਤੇ ਕੁਛ ਹੈ ਬਚਦੀ ਹੈ? ਇਹ ਜੀ ਸਾਹਿਬ, ਪਹਿਲੇ ਤੁਸੀਂ 2 ਦਫਾ ਇੰਟਰਵਿਊ ਕਰ ਚੁੱਕੇ ਹੋ, ਜਿਹੜੀ ਇਨਫਾਰਮੇਸ਼ਨ ਦਿੱਤੀ ਸੀ ਕਾਫੀ ਬਾਈਆਂ ਤੁਹਾਨੂੰ ਵੀ ਕਾਲ ਕਰਕੇ ਪੁੱਛਿਆ ਸੀ, ਮੇਰੇ ਕੋਲ ਪੁੱਛਿਆ, ਜੋ ਇਨਫਾਰਮੇਸ਼ਨ ਦੇ ਦਈਦੀ ਹੈ ਅਲਹਮਦੁਲਿਲਾ ਰੀਅਲ ਦੇ ਦਈਦੀ ਹੈ, ਤੇ ਅੰਦੇ ਅੱਲਾ ਪਾਕ ਬਹੁਤ ਅੱਛੀ ਰੋਜ਼ੀ ਦਿੰਦਾ ਹੈ ਜੀ। ਅੱਛਾ, ਕਾਫੀ ਕੁਛ ਅੱਲਾ ਪਾਕ ਦੇ ਦਿੰਦਾ ਤੁਹਾਨੂੰ, ਪਹਿਲੇ ਕਾਫੀ ਵੀਡੀਓਜ਼ ਵਿੱਚ ਤੁਸੀਂ ਪੁੱਛ ਚੁੱਕੇ ਹੋ, ਤੁਹਾਨੂੰ ਜਿੰਨੀ ਵੀ ਇਨਫਾਰਮੇਸ਼ਨ ਹੈ, ਔਰ ਉਹ ਇਨਫਾਰਮੇਸ਼ਨ ਦਿੱਤੀ ਜਿਹੜੀ ਲੋਕ ਮਤਲਬ ਫ੍ਰੀ 'ਚ ਨਹੀਂ ਦਿੰਦੇ, ਨਹੀਂ ਦਿੰਦੇ ਕੁਛ ਚੀਜ਼ਾਂ ਜਿਹੜੀਆਂ ਦੀ ਖੁਰਾਕ ਦਾ ਪਲਾਨ ਹੈ, ਉਹ ਵੀ ਲੋਕਾਂ ਨਾਲ ਫ੍ਰੀ ਆਫ ਕਾਸਟ ਸ਼ੇਅਰ ਕੀਤਾ, ਤੁਸੀਂ ਵੇਖੀ ਹੈ ਪਹਿਲੀ ਵਾਰ। ਬਿਲਕੁਲ, ਤੇ ਕਾਫੀ ਅੱਲਾ ਪਾਕ ਦਿੰਦੇ ਜੀ ਅੱਛੀ ਰੋਜ਼ੀ ਦਿੰਦਾ। ਤੇ ਕਿੰਨੇ ਕੁ ਬੱਚਿਆਂ ਨੂੰ, ਜਿਸ ਤਰੀਕੇ ਹੁਣ ਤੁਹਾਡੇ ਕੋਲ ਇਸ ਟਾਈਮ ਕਿੰਨੇ ਬੱਚੇ ਨੇ? ਇਸ ਟਾਈਮ ਤਕਰੀਬਨ 16 ਬੱਚੇ ਖੜੇ ਨੇ, ਜਿੰਦੇ 14 ਬੱਚੇ ਦੁੰਦੇ ਨੇ, 2 ਬੱਚੇ ਖੀਰੇ ਨੇ। ਅੱਛਾ, 14 ਬੱਚੇ ਤੇ ਕਰਦੇ, 14 ਬੱਚਿਆਂ ਦੀ ਲਾਟ ਜਿਹੜੀ ਹੈ ਤੁਹਾਨੂੰ ਵਿਖਾ। ਅੱਜ 14 ਬੱਚੇ ਲਾਟ ਹੈ, ਮਾਸ਼ਾਅੱਲਾ। ਮੈਂ ਜਾਣਨਾ ਚਾਹ, ਇਹ ਛੋਟੇ ਜਿਹੇ ਕੰਮ ਤੋਂ ਸ਼ੁਰੂ ਕੀਤਾ ਜੀ, ਇੱਕ ਸਦਾਕਤ ਬਾਈ ਇੱਕ ਪਿੰਡ ਦਿਹਾਤ 'ਚ ਰਹਿ ਕੇ ਜੀ
ਇਹ ਬੱਚਿਆਂ ਦਾ ਕੰਮ ਕਰ ਰਿਹਾ ਤੇ ਆਇਆ ਕਿ ਇਹ ਸ਼ਹਿਰੀ ਬਾਬੂ ਵੀ ਕਰ ਸਕਦੇ ਪੈਂਟਾਂ ਸ਼ੰਡਾਂ ਵਾਲੇ ਵੀ ਕਿ ਆਇਆ ਕਹਿੰਦੇ ਪਿੰਡਾਂ ਵਾਲੀ ਬਸ ਕਰਦੇ ਜੀ ਸਾਹਿਬ ਇਹ ਬੜਾ ਹੀ ਆਸਾਨ ਕੰਮ ਹੈ ਬੜਾ ਹੀ ਆਸਾਨ ਤੁਹਾਡੇ ਕੋਲ ਅਗਲੇ 5-6 ਮਰਲੇ ਜ਼ਮੀਨ ਹੈ ਜਗ੍ਹਾ ਉਹਦੇ ਤੁਸੀਂ 10 ਬੱਚੇ ਰੱਖ ਸਕਦੇ ਹੋ ਕਮ ਅਜ਼ ਕਮ 10 ਬੱਚੇ ਤੁਸੀਂ 10 ਬੱਚੇ ਤੋਂ ਸ਼ੁਰੂ ਕਰ ਸਕਦੇ ਹੋ ਅੱਛਾ ਔਰ ਜਿਹੜੀ ਤੁਸੀਂ ਛੋਟੀ ਮੋਟੀ ਜੋਬ ਕਰਦੇ ਹੁੰਦੇ ਨੂੰ ਅੱਲਾ ਪਾ ਕੇ ਰਿਜ਼ਕੀ ਹਲਾਲ ਵੀ ਹੈ ਅੱਲਾ ਪਾ ਕਾਫੀ ਰੋਜ਼ੀ ਦਿੰਦੇ ਕਿਉਂਕਿ ਤੁਹਾਨੂੰ ਪਤਾ ਮਿਹਨਤ ਕਰਨੀ ਰੋਜ਼ੀ ਪਿੱਛੇ ਹੀ ਕਰੀਦੀ ਰੋਜ਼ੀ ਅੱਲਾ ਪਾ ਕਾਫੀ ਦੇ ਦਿੰਦਾ ਬਿਲਕੁਲ ਬਾਕੀ ਤੁਸੀਂ ਬੱਚੇ ਵੇਖ ਸਕਦੇ ਹੋ ਅਸੀਂ ਤਿਆਰ ਹੋਏ ਨੇ ਕਿ ਤੁਸੀਂ ਖੁਦ ਆਖੋ ਦੇ ਜਾਨਵਰ ਦੱਸਣ ਦੇ ਇਹਨਾਂ ਦੀ ਤਾਰੀਫ ਕਰਨ ਦੀ ਜ਼ਰੂਰਤ ਨਹੀਂ ਜਾਨਵਰ ਤੁਹਾਨੂੰ ਦੱਸਣ ਦੇ ਜੋ ਉਹਨਾਂ ਦੀ ਤਿਆਰੀ ਹੈ ਨਜ਼ਰ ਆ ਰਹੀ ਹੈ ਬਿਲਕੁਲ ਗੱਲ ਸਹੀ ਹੈ ਤੁਹਾਡੀ ਮਾਸ਼ਾਅੱਲਾ ਬਾਕੀ ਤੁਹਾਨੂੰ ਵਿਖਾਉਂਦੇ ਹਾਂ ਜਾਨਵਰ ਇੱਕ ਇੱਕ ਕਰਕੇ ਵੀ ਮਜ਼ੀਦ ਜਿਹੜਾ ਮੈਂ ਸਾਰਾ ਕੁਝ ਜਾਣਦਾ ਮੈਂ ਪਹਿਲੇ ਚਸਕਾ ਲੈ ਲਵਾਂ ਜੀ ਜ਼ਰੂਰ ਭਾਈ ਜੀ ਚਸਕਾ ਮੇਰੇ ਭਰਾਵਾਂ ਵਾਸਤੇ ਜ਼ਰੂਰੀ ਹੈ ਜੀ ਜ਼ਰੂਰ ਭਾਈ ਕਿਉਂਕਿ ਮੇਰੇ ਕੋਲ ਨਾ ਜ਼ਮੀਨ ਆਪਦੀ ਹੈ ਨਾ ਮੇਰੇ ਕੋਲ ਫਾਰਮ ਆਪਦਾ ਹੈ ਤੇ ਮੈਂ ਜਾਵਾਂ ਤੇ ਜਾਵਾਂ ਕਿਹੜੇ ਪਾਸਾ ਮੈਨੂੰ ਜਜ਼ਬਾ ਮੇਰਾ ਬੱਚਿਆਂ ਦਾ ਮੈਂ ਕੀ ਕਰਾਂ ਇਹ ਦੱਸੋ ਤੁਹਾਡੇ ਕੋਲ ਜ਼ਮੀਨ ਵੀ ਆਪਣੀ ਨਹੀਂ ਫਾਰਮ ਵੀ ਨਹੀਂ ਆਪਣਾ ਤੁਸੀਂ ਅਗਰ ਜਗ੍ਹਾ ਕਿਰਾਏ ਤੇ ਲੈ ਕੇ ਸ਼ਹਿਰ ਸੈਟਅਪ ਸ਼ੁਰੂ ਕਰਦੇ ਹੋ ਨਾ ਤੇ ਮੈਂ ਗਰੰਟੀ ਨਾਲ ਆਖਣਾ ਜਿਹੜਾ ਬਾਈ ਆਖਦਾ ਕਹਿੰਦਾ ਫਾਇਦਾ ਨਹੀਂ ਮੇਰੇ ਨਾਲ ਰਾਬਤਾ ਕਰੇ ਅਗਰ ਫਾਇਦਾ ਨਾ ਹੋਵੇ ਤੇ ਮੈਂ ਉਹਨੂੰ ਲਿਖ ਕੇ ਦੇਵਾਂ ਦਾ ਉਹ ਜਿਹੜਾ ਨੁਕਸਾਨ ਹੁੰਦਾ ਮੈਂ ਪੂਰਾ ਕਰਾਂ ਦਾ ਇਸ ਤਰੀਕੇ ਮੈਂ ਫਾਰਮਿੰਗ ਕਵਾਂ ਉਸ ਤਰੀਕੇ ਕਰਨ ਕਿਆ ਬਾਤ ਹੈ ਕਿ ਹਲਾਲ ਹੈ ਅੱਲਾ ਪਾ ਕਹਿੰਦੇ ਤੁਹਾਨੂੰ ਬਹੁਤ ਜ਼ਿਆਦਾ ਰੋਜ਼ੀ ਦੇਗਾ ਹੱਦ ਤੋਂ ਜ਼ਿਆਦਾ ਦੇਗਾ ਰੋਜ਼ੀ ਕਿਆ ਬਾਤ ਹੈ ਮਾਸ਼ਾਅੱਲਾ ਲੇਕਿਨ ਇਹ ਹੈ ਕਿ ਪ੍ਰੋਪਰ ਟਾਈਮ ਦੇਣਾ ਇਹ ਨਾ ਹੋ ਕਿ ਤੁਸੀਂ ਟਾਈਮ ਦਿਓ ਨਾ ਤੇ ਫਿਰ ਤੁਸੀਂ ਕਵਰ ਰੋਜ਼ੀ ਫਿਰ ਨਹੀਂ ਮਿਲ ਸਕਦਾ ਨਾ ਫਿਰ ਤਾਂ ਲੱਭਣੀ ਵੀ ਕੋਈ ਕੱਖ ਵੀ ਲੱਭਣਾ ਮਾਸ਼ਾਅੱਲਾ ਮੈਂ ਬੱਚੇ ਨਾਲ ਨਿਭਾ ਰਿਹਾ ਬੱਚੇ ਵੀ ਤੁਸੀਂ ਵੇਖ ਸਕਦੇ ਜੀ ਤਸੱਲੀ ਕਰਵਾਓ ਸੋਹਣੀ ਚੀਜ਼ਾਂ ਨੇ ਸੋਹਣੇ ਪਤਾ ਰੇਟ ਵੀ ਸੋਹਣੇ ਲਵਾਂਗੇ ਤੇ ਮੁਹੱਬਤ ਮੈਂ ਇਹਦੇ ਨਾਲ ਲੜ ਕੇ ਵੀ ਕਰਵਾਵਾਂਗਾ ਲਾਵਾਂਗੇ ਤੁਹਾਡੀ ਫੈਮਿਲੀ ਵਾਸਤੇ ਇੱਕ ਈਦ ਗਿਫਟ ਦੇਵਾਂਗੇ ਤੁਸੀਂ ਕਹੋ ਹੈਰਾਨ ਹੋ ਗਏ ਇੰਨੇ ਮਕੂਲ ਰੇਟ ਲਗਾਵਾਂਗੇ ਕੀ ਬਾਤ ਹੈ ਜੀ ਈਦ ਗਿਫਟ ਦੇ ਰਹੇ ਮੇਰੀ ਫੈਮਿਲੀ ਨੂੰ ਮੁਹੱਬਤਾਂ ਤੁਹਾਡੀਆਂ ਸੱਚੀਆਂ ਨੇ ਸਦਾਕਤ ਵਿੱਚ ਅੱਲਾ ਖੁਸ਼ ਰੱਖੇ ਤੁਹਾਡੇ ਕਾਰੋਬਾਰ 'ਚ ਰਿਜ਼ਕ 'ਚ ਤੁਸੀਂ ਗਰੰਟੀ ਬੜੀ ਦਿੱਤੀ ਹੈ ਵੱਡੀ ਹਰ ਚੀਜ਼ ਦੀ ਜਿਹੜਾ ਬੰਦਾ ਕੰਮ ਕਰਨਾ ਚਾਹੁੰਦਾ ਛੋਟੇ ਬਿਜ਼ਨਸ ਤੋਂ ਛੋਟੇ ਲੈਵਲ ਤੋਂ ਕਿਉਂਕਿ ਛੋਟੇ ਫਾਰਮਰ ਨੂੰ ਵੱਡੇ ਫਾਰਮਰ ਵਾਲੇ ਕੀ ਕਰਦੇ ਤਰਜੀਹ ਨਹੀਂ ਦਿੰਦੇ ਉਹ ਆਪਣੀ ਜੇਬ ਤੇ ਫੋਕਸ ਕਰਦੇ ਨੇ ਕਿ ਅਸੀਂ ਆਪਣੀ ਮੇਰੀ ਕੋਸ਼ਿਸ਼ ਇਹ ਜਦੋਂ ਸ਼ੁਰੂ ਕੀਤਾ ਸੀ ਪਹਿਲੇ ਇੰਟਰਵਿਊ ਤੁਹਾਨੂੰ ਕਿਹਾ ਸੀ ਕਿ ਜੋ ਬਾਈ ਇਹਦੀ ਇਨਫੋਰਮੇਸ਼ਨ ਲੈਣਾ ਚਾਹੁੰਦਾ ਫ੍ਰੀ ਆਫ ਕੋਸਟ ਲੈ ਸਕਦਾ ਔਰ ਲੋਕ ਜ਼ਿਆਦਾ ਜ਼ਿਆਦਾ ਇਸ ਕੰਮ ਲਿਆਵਣ ਆਉਣ ਵਾਲੇ ਦਿਨਾਂ 'ਚ ਇਹ ਕੰਮ ਮਜ਼ੀਦ ਬੂਸਟ ਪਕੜ ਰਿਹਾ ਮਜ਼ੀਦ ਇਹਦਾ ਸਕੋਪ ਜ਼ਿਆਦਾ ਹੋ ਜਾਏ ਜਿਵੇਂ ਜਿਵੇਂ ਆਹਿਸਤਾ ਆਹਿਸਤਾ ਅਸੀਂ ਤਾਂ ਚਾਹੁੰਦੇ ਹਾਂ ਕਿ ਸਾਡੇ ਮੁਲਕੇ ਪਾਕਿਸਤਾਨ 'ਚ ਬੱਛੜਾ ਫਾਰਮਿੰਗ ਦਾ ਇੰਨਾ ਕੁ ਕੰਮ ਹੋਵੇ ਸਾਡਾ ਗੋਸ਼ਤ ਬਾਹਰਲੇ ਮੁਲਕਾਂ 'ਚ ਐਕਸਪੋਰਟ ਹੋਵੇ ਤੇ ਸਾਡੇ ਪਾਕਿਸਤਾਨ ਨੂੰ ਆਉਣ ਵਾਲੇ ਦਿਨਾਂ 'ਚ ਇਹੀ ਸੂਰਤਿਆਲ ਬਣ ਰਹੀ ਜਿਹੜਾ ਤੁਸੀਂ ਚਾਹੁੰਦੇ ਹੋ ਇਨਸ਼ਾਅੱਲਾ ਇਨਸ਼ਾਅੱਲਾ ਮੇਰੀ ਦਿਲੀ ਖਾਸ਼ ਹੈ ਔਰ ਮੈਂ ਸੁਣਿਆ ਵੀ ਹੈ ਤਕਰੀਬਨ 20 to 22 ਅਰਬ ਡਾਲਰ ਦਾ ਮੌਦਾ ਵੀ ਹੋ ਗਿਆ ਤਾਂ ਇਨਸ਼ਾਅੱਲਾ ਅੱਛਾ ਹੁਣ ਕਰੀਏ ਜੀ ਸ਼ੌਕ ਕਰਾਈਏ ਜੀ ਸ਼ੌਕ ਫੈਮਿਲੀ ਵਾਸਤੇ ਇੱਕ ਇੱਕ ਬੱਚਾ ਵਹਾਣੇ ਆ ਇੱਕ ਇੱਕ ਬੱਚਾ ਦੋ ਕਰਜ਼ ਕਰ ਲਓ ਜਾਂ ਇੱਕ ਕਰ ਮਾਸ਼ਾਅੱਲਾ ਜੀ ਨਾਲ ਅੱਛਾ ਪੂਰੀ ਕੋਈ ਲਾਟ ਲਵੇ ਅਗਰ ਤੁਹਾਡੇ ਕੋਲ ਸਾਰੇ ਬੱਚੇ 14-14 ਦੋ ਜਿਹੜੇ ਮਾਸ਼ਾ ਖੜੇ ਨੇ ਤੇ ਕੀ ਮੁਹੱਬਤ ਹੋਵੇਗੀ ਜੀ ਸਾਹਿਬ ਇਹ 14 ਦੇ 14 ਬੱਚੇ 2,05,000 ਨੂੰ ਮੁਕੰਮਲ ਪੂਰੇ ਪਾਕਿਸਤਾਨ ਦੀ ਡਿਲੀਵਰੀ ਦੇਵਾਂਗੇ ਅਗਰ ਕੋਈ ਬਾਈ ਔਰ ਅਗਰ ਕੋਈ ਬਾਈ ਘੱਟ ਬੱਚੇ ਲੈਣਾ ਚਾਹੁੰਦਾ 4 to 5 ਬੱਚੇ ਉਹਨਾਂ ਦੀ ਵੀ ਡਿਲੀਵਰੀ ਮਿਲ ਜਾਏਗੀ 4 ਬੱਚੇ ਤੇ ਡਿਲੀਵਰੀ ਜਿਹੜਾ ਤੁਹਾਨੂੰ ਕਿਹਾ ਈਦ ਗਿਫਟ ਦੇਵਾਂਗੇ 4 ਬੱਚੇ ਅਗਰ ਕੋਈ ਬਾਈ ਲੈਂਦਾ ਤੁਹਾਨੂੰ ਡਿਲੀਵਰੀ ਦੇਵਾਂਗੇ ਪੂਰੇ ਪੰਜਾਬ ਦੀ ਹੋਏ ਦੀ 4 ਬੱਚਿਆਂ ਦੇ ਟੋਟਲ ਕੋਈ ਲਾਟ ਲਵੇ ਤੇ ਪੂਰੇ ਪਾਕਿਸਤਾਨ ਦੀ ਡਿਲੀਵਰੀ ਮਾਸ਼ਾਅੱਲਾ ਮਾਸ਼ਾਅੱਲਾ ਕੀ ਬਾਤ ਹੈ ਜੀ ਬੱਚਾ ਚੈੱਕ ਕਰੋ ਜੀ ਖੋਲੋ ਜੀ ਇੱਕ ਗਾਰ ਬੱਚਾ ਲਈਓ ਮਾਸ਼ਾਅੱਲਾ ਟੋਰੋ ਜੀ ਇੰਜ ਕਾ ਟੋਰੀ ਜਾਣਾ ਮੈਂ ਬੱਚਾ ਹੁਣ ਵਾਹ ਮਾਸ਼ਾਅੱਲਾ ਚੈੱਕ ਕਰੋ ਪਲਾਈ ਚੈੱਕ ਕਰੋ ਮਾਸ਼ਾਅੱਲਾ ਸਾਈਵਾਲ ਨਸਲ ਬੱਚਾ ਜੀ ਪਿਓਰ ਸਾਈਵਾਲ ਗਲਾਈਆਂ ਚੈੱਕ ਕਰੋ ਥੋੜਾ ਟੋਰੋ ਜੀ ਟੋਰੋ ਤੁਸੀਂ ਟੋਰੋ ਮੈਂ ਤੁਹਾਡੇ ਮਗਰ ਆ ਮਾਸ਼ਾਅੱਲਾ ਕਿਲਾ ਛੱਡ ਦੇ ਖੁੱਲਾ ਛੱਡ ਕੇ ਆਹਾ ਕੀ ਬਾਤ ਹੈ ਚਾਲ ਡਾਲ ਚੈੱਕ ਕਰੋ ਜੀ ਸਾਈਵਾਲ ਨਸਲ ਬੱਚਾ ਜੀ ਪਿਓਰ ਸਾਈਵਾਲ ਨਾਪ ਥਲੇ ਚੈੱਕ ਕਰ ਲਓ ਹਾਂਜੀ ਜਾਲਰ ਵੀ ਚੈੱਕ ਕਰੋ ਮਾਸ਼ਾਅੱਲਾ ਇੱਧਰ ਮੂੰਹ ਕਰੋ ਜੀ ਗੋਨਾ ਬੱਚਾ ਹੈ ਜੀ ਕੁਆਲਟੀਆਂ ਮੈਂ ਚੈੱਕ ਕਰਾਇਆ ਇਹ ਗਲਾਈਆਂ ਬੜੀਆਂ ਅੱਛੀਆਂ ਬਣੀਆਂ ਨੇ ਜੀ ਤਸੱਲੀ ਕਰੋ ਗੋਨਾ ਮਾਸ਼ਾਅੱਲਾ ਅੱਛਾ ਜੀ ਇਕੱਲਾ ਕੋ ਬੱਚਾ ਲਵੇ ਫਿਰ ਕੀ ਹੋਵੇਗਾ ਜੀ ਇਕੱਲਾ ਐਡੀ ਸਾਹਿਬ ਇਹ ਬੱਚਾ 2.5 ਲੱਖ ਰੁਪਏ ਦਾ ਦੀ ਡਿਮਾਂਡ 2.5 ਲੱਖ ਡਿਮਾਂਡ ਬਣੀਆਂ ਜੀ ਇਸ ਬੱਚੇ ਦੀ 3 ਲੱਖ ਤੋਂ ਘੱਟ ਕੋਈ ਵਪਾਰੀ 3 ਲੱਖ ਤੋਂ ਘੱਟ ਦੇਵੇਗਾ ਹੀ ਨਹੀਂ ਤੁਸੀਂ ਡਿਮਾਂਡ ਨਹੀਂ ਕਰਨੇ 3 ਲੱਖ ਰੁਪਏ ਲੇਕਿਨ ਫਾਈਨਲ ਹੈ ਇਕੱਲਾ ਕੋਈ ਅਗਰ ਵਾਈ ਬੱਚਾ ਲੈਂਦਾ ਤਾਂ 2.5 ਲੱਖ ਰੁਪਏ ਦਾ ਮਿਲ ਜਾਏ ਜੀ ਠੀਕ ਹੈ ਜੀ ਦੂਸਰਾ ਬੱਚਾ ਲੈ ਕੇ ਆਓ ਮਾਸ਼ਾਅੱਲਾ ਜੀ ਆਹ ਚੈੱਕ ਕਰੋ ਜੀ ਇੱਕ ਮਿੰਟ ਸਾਹਿਬ ਤੋਂ ਆਏ ਤੁਸੀਂ
ਮਾਸ਼ਾਅੱਲਾ ਮੈਂ ਬ੍ਰਾਹਮਣ ਖਾਣਾ ਚਾਹਣਾ ਤਸੱਲੀ ਦੇ ਨਾਲ। ਚਲੋ ਕੱਢੋ ਜੀ ਬੱਚਾ, ਮਾਸ਼ਾਅੱਲਾ ਕੀ ਬਾਤ ਹੈ। ਇਹ ਵੱਡਾ ਬੱਚਾ ਖੋਲੋ, ਵੱਡਾ ਬੱਚਾ ਇੱਧਰ ਐਸੇ ਦੱਸ ਬਾਈ, ਇੱਥੇ ਇੱਥੇ ਖੜੋ ਜੀ ਇਸ ਪਾਸੇ। ਮਾਸ਼ਾਅੱਲਾ ਜੀ ਲਾਟ ਚ ਦਿੰਦੇ ਪੈਸੇ 2,05,000 ਲਾਟ ਚ, ਇਹ ਵੀ 2,05,000 ਦਾ ਮਿਲੇ ਦਾ। ਵੈਸੇ ਇਹ ਵੀ ਬੱਚਾ 2.5 ਲੱਖ ਦਾ ਡਿਮਾਂਡ, ਇਹਦੀ ਵੀ 3 ਲੱਖ ਕਰਨੇ ਆ। ਅੱਛਾ, ਕਿਸੇ ਵੀ ਫਾਰਮ ਤੇ ਇਹਦੇ ਨਾਲ ਦਾ ਬੱਚਾ 2,5,000 ਦਾ ਮਿਲੇ, ਬੱਚਾ ਫ੍ਰੀ ਦੇਵਾਂਗੇ। ਕੀ ਬਾਤ ਹੈ, ਫਾਰਮ ਤੇ ਵਾਹ ਜੀ ਵਾਹ, ਮਾਸ਼ਾਅੱਲਾ। ਫੋਟੋ ਰੱਖੋ ਤੁਸੀਂ, ਸਕਰੀਨਸ਼ਾਟ ਲਵੋ, ਜੋ ਬਾਈ ਵੇਖਦੇ ਪਏ ਵੀਡੀਓ। ਇਹ ਵੀ ਦੋਂਦਾ, ਇਹ ਵੀ ਦੋਂਦਾ। ਮਾਸ਼ਾਅੱਲਾ, ਠੀਕ ਹੋ ਜੀ। ਅਗਲਾ ਬੱਚਾ ਲੈਤੇ ਹੋ ਜੀ, ਇੱਕ ਛੱਡੀ ਜੋ ਬੰਨੀ ਜੋ, ਕੋਈ ਗੱਲ ਨਹੀਂ। ਮਾਸ਼ਾਅੱਲਾ ਜੀ, ਅਗਲਾ ਬੱਚਾ ਆਇਆ ਜੀ, ਕੀ ਬਾਤ। ਅਸੀਂ ਲਾਟ ਦਾ ਰੇਟ ਦੱਸ ਰਹੇ ਨਾਲ ਨਾਲ 2,05,000 ਦੇ ਸਾਹਿਬ ਸਾਰੇ ਬੱਚੇ, ਇੱਕ ਇੱਕ ਬੱਚੇ ਦਾ। ਮਾਸ਼ਾਅੱਲਾ, ਹਾਏ 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 ਹਾਏ, ਸ਼ੌਕ ਸ਼ੌਕ ਕਰਨਾ ਹੈ, ਇਹ ਜ਼ਿਆਦਾ ਬਾਤ ਮੈਂ ਨਹੀਂ ਕਰ ਰਹਾ, ਤੋ ਚੈੱਕ ਕਰਨਾ ਤਸੱਲੀ ਕੇ ਸਾਥ। ਰੰਗ ਨੂੰ ਸਲਾਮ ਹੈ, ਗੋਰਾ ਤੈਨੂੰ ਸਲਾਮ ਹੈ, ਗੋਰਾ ਬੱਚਾ ਮਾਸ਼ਾਅੱਲਾ, ਰੰਗ ਦਾ ਸੋਹਣਾ, ਕਿਆ ਬਾਤ ਹੈ ਜੀ ਮਾਸ਼ਾਅੱਲਾ। 35,000 ਦਾ ਐਡੀਸ਼ਨ ਜੀ, ਸਭ ਕੱਲਾ ਮਿਲ ਜਾਏਗਾ। 2,00,000, 2,35,000। ਆ ਲਾਲਾ ਜੀ, ਥੋੜਾ ਅੱਗੇ ਟੋਰ ਲਾ, ਛਾਵੇਂ ਛਾਵੇਂ ਨਾ ਟੁਰ, ਤੇਰੇ ਨਾਲ ਆਪ ਪਰੇਸ਼ਾਨ ਹੋ ਰਿਹਾ। ਚੈੱਕ ਕਰੋ ਜੀ, ਮਾਸ਼ਾਅੱਲਾ, ਹਾਏ ਥਰ ਜਾਵਾਂ। ਮਾਸ਼ਾਅੱਲਾ ਜੀ, ਵਾਹ ਜੀ ਵਾਹ, ਇਹ 2,35,000 ਲਾਟ, 2,05,000 ਵੀ, 2,05,000 ਦਾ ਜੀ, ਠੀਕ ਹੈ ਜੀ। ਮਾਸ਼ਾਅੱਲਾ, ਹਾਏ ਇਹਦੇ ਟੁਰ ਕਾਲੀਆਂ ਟੁਰ, ਜਿੱਦਾਂ ਮਰਜ਼ੀ ਕਾਲੀਆਂ ਕਮਾ, ਇਹ ਜੀ ਓਡਾ ਤੇਜ਼ ਜੀ, ਇਹਦਾ ਕਲਰ ਚੈੱਕ ਕਰੋ। ਮਾਸ਼ਾਅੱਲਾ ਮਾਸ਼ਾਅੱਲਾ, ਗਲਾਈਆਂ ਵੇਖੋ, ਲੰਬਾਈਆਂ ਵੇਖੋ, ਕੱਦ ਕਾੜ ਚ ਵੇਖੋ, ਮਾਸ਼ਾਅੱਲਾ। 2,20,000 ਦਾ ਮਿਲ ਜਾਂਦਾ। ਲਓ ਜੀ, ਚਲੋ ਸਾਨੀ ਬੱਚਾ ਜੀ, 2,00,000, 2,20,000 ਦਾ ਕੱਲਾ ਬੱਚਾ, ਕੱਲਾ ਬੱਚਾ 2,00,000, ਅਗਰ ਲਾਟ 2,05,000। ਮਾਸ਼ਾਅੱਲਾ, ਠੀਕ ਹੈ ਜੀ, ਅਗਲਾ ਬੱਚਾ ਲਿਓ, ਲੈ ਆ ਯਾਰ, ਲੈ ਲੈ ਜੀ, ਕੋਈ ਡਰ ਨਹੀਂ, ਪਰੇਸ਼ਾਨ ਨਹੀਂ ਹੋਣਾ, ਸਭ ਤੋਂ ਪਹਿਲੇ ਘਬਰਾਉਣਾ ਨਹੀਂ ਹੈ, ਘਬਰਾਉਣਾ ਨਹੀਂ, ਉਹ ਖਾਨ ਸਾਹਿਬ ਦਾ ਵੀ ਕੌਲ ਹੈ, ਘਬਰਾਉਣਾ ਨਹੀਂ। ਹਾਂਜੀ, ਲੇਕਿਨ ਤੇਰੇ ਬੰਦੇ ਘਬਰਾ ਗਏ। ਨਹੀਂ ਨਹੀਂ ਨਹੀਂ, ਘਬਰਾਉਂਦਾ, ਥੋੜੀ ਗਰਮੀ ਜ਼ਿਆਦਾ ਹੈ। ਮਾਸ਼ਾਅੱਲਾ, ਲੇਕਿਨ ਉਹਨਾਂ ਨੂੰ ਖਾਨ ਸਾਹਿਬ ਦਾ ਕੌਲ ਯਾਦ ਕਰਵਾ ਰਿਹਾ, ਚੈੱਕ ਕਰ ਕਲਰ। ਮਾਸ਼ਾਅੱਲਾ, ਕਲਰ ਕਰਨ ਤੁਸੀਂ ਆਪ ਸਾਈਡ ਤੇ ਹੋਣਾ, ਆਪ ਅੱਗੇ ਖੜੇ ਹੋ ਜਾਣਾ। ਮਾਸ਼ਾਅੱਲਾ, ਹਾਏ ਹਾਏ, ਵਾਹ ਜੀ ਟੁਰ। ਮਾਸ਼ਾਅੱਲਾ, ਇਹ ਬੱਚਾ ਕਿੰਨੇ ਦਾ ਜੀ ਸਰਕਬ? 2,30,000 ਦਾ। 2,30,000 ਦਾ, ਚਲ ਇਹ ਕਮਾ, ਇੱਧਰ ਹੀ ਹੋ ਜਾ, ਇੱਧਰ ਹੋ। ਯਾਰ ਇਹਨੂੰ ਆਹ, ਉਹ ਬਹੂਆ, ਉਹ ਪਿੰਡ ਨੂੰ ਆਈ ਭੱਜ, ਇੰਜ ਵੇਖ। ਮਾਸ਼ਾਅੱਲਾ, ਮਾਸ਼ਾਅੱਲਾ, ਮੰਮੀ ਪਿੰਡ ਦਾ ਤੂੰ ਡਰਨਾ, ਤੂੰ ਡਰਦਾ ਬੜਾ ਪਿਆ, ਉਹ ਭਾਈਆ ਤਰੀਖਾ ਹੀ ਹੈ। ਮਾਸ਼ਾਅੱਲਾ, ਹੈ ਵੇਖਿਆ ਜੀ, ਮਾਸ਼ਾਅੱਲਾ, ਇਹ ਕਿੰਨੇ ਦਾ ਬਾਈ? ਦੂਸਰੀ ਸਾਈਡ ਤੋਂ ਜੋ ਇੱਧਰ ਇੰਡੋ ਜੀ ਸਾਹਿਬ, ਲਾਟ ਚ ਵੀ 2,05,000 ਦਾ, 2,35,000 ਦਾ ਦੇ, 2,35,000 ਦੇ ਰਹੇ ਨੇ ਜੇ ਲਾਟ 2,05,000। ਮਾਸ਼ਾਅੱਲਾ ਬੱਚਾ, ਚੈੱਕ ਕਰੋ, 4 ਮਣ ਤੋਂ ਲੈ ਕੇ 4.5-5 ਮਣ ਦੇ ਜ਼ਿਆਦਾ ਬੱਚੇ ਵਿੱਚ 5 ਮਣ ਦੇ ਨੇ। ਆ ਜਿਹੜੇ ਬੱਚੇ ਪਹਿਲੇ ਤੁਸੀਂ ਵੇਖ ਚੁੱਕੇ ਸਾਰੇ ਤਕਰੀਬਨ 5 ਮਣ ਮੀਟ ਵੇਟ ਗੋਸ਼ਤ ਚ, ਗੋਸ਼ਤ ਚ ਗਰੰਟੀ ਜੀ, ਗਰੰਟੀ ਦਿਆਂਗੇ। ਅੱਛਾ ਜੀ, ਠੀਕ। ਮਾਸ਼ਾਅੱਲਾ, ਇੰਜ ਵਾਲਾ ਆਈ ਐ, ਇੱਥੇ ਮਾਸ਼ਾਅੱਲਾ, ਆ ਬੱਚਾ ਚੈੱਕ ਕਰੋ, ਹੁਣ ਵੀ ਸਰ ਕਮਾ, ਇੱਥੇ ਉਰਲੇ ਪਾਸੇ ਹੀ ਹੋ ਜਾ, ਵੇਖੋ ਵੇਖੇ ਜੇ। ਮਾਸ਼ਾਅੱਲਾ, ਕੱਚ ਚੈੱਕ ਕਰੋ ਕਲਰ ਵੀ ਹੈ। ਮਾਸ਼ਾਅੱਲਾ, 2,15,000 ਦਾ ਬਸ ਲੈ ਜਾਓ, ਲਾਟ ਚ ਵੀ ਬੱਚਾ ਅਗਰ ਲਵੋ ਤੇ 2,05,000 ਦਾ। ਵੈਸੇ 2,15,000 ਦਾ ਜੀ, ਮਾਸ਼ਾਅੱਲਾ, ਦੋਸਤ ਦਰਾ ਸ਼ਕੀ ਨਹੀਂ ਤੇ ਜਲਦੀ ਕਰੋ ਜੀ। ਮਾਸ਼ਾਅੱਲਾ, ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਕਾਲਾ ਬੱਚਾ, ਕਾਲਾ ਕਾਲਾ ਤੇ ਕਾਲਾ ਹੈ ਨਾ, ਬਿਲਕੁਲ।
ਕਾਲਾ ਕਿੰਨੇ ਦਾ? ਇਹ ਕਾਲਾ ਕੋ ਕੱਲਾ ਲਵੇ 2,20,000 ਦਾ ਮਿਲ ਜਾਏਗਾ। ਲੇਕਿਨ ਖੂਬਸੂਰਤੀ ਦੀ ਚੈੱਕ ਕਰੋ, ਕੋਈ ਬੰਦਾ ਇਹਦੇ ਨਾਲ ਦਾ ਬੱਚਾ ਇੰਨੀ ਖੂਬਸੂਰਤੀ ਇਸ ਰੇਟ 'ਚ ਦੇਵੇ, ਫਿਰ ਤੁਸੀਂ ਗੱਲ ਕਰਨੀ। ਗੱਲਾਂ ਉਹਦੀ ਨਾਫ ਥਲਵੇ ਜ਼ਮੀਨ ਨਾ ਲੱਗਣਾ, ਅੰਦਾਜ਼ਾ ਲਾ ਲਓਗੇ ਫੁਰਤ ਕੁੱਤੇ। ਮਾਸ਼ਾਅੱਲਾ ਚੈੱਕ ਕਰੋ ਜੀ, ਗਲਾਈਆਂ ਮੈਂ ਚੈੱਕ ਕਰਾਉਣਾ ਚਾਹਣਾ। ਮਾਸ਼ਾਅੱਲਾ ਮਸਤ ਚੱਲਦਾ ਪਿਆ ਜੀ, ਕਿਆ ਬਾਤ ਹੈ ਬੱਚੇ ਜੀ। ਮਾਸ਼ਾਅੱਲਾ ਸਨੈਪਲੋ ਵੇਖੋ, ਕੱਦ ਵੀ ਮਾਸ਼ਾ ਛੋਟਾ ਲੇਕਿਨ ਸਨੈਪਲੋ ਸੋਹਣਾ। ਮਾਸ਼ਾਅੱਲਾ ਆਹ ਖੀਰਾ ਬੱਚਾ, ਸ਼ੌਕ ਰੱਖਦਾ ਖੀਰਾ ਵੀ ਲੈ ਸਕਦਾ। ਮਾਸ਼ਾਅੱਲਾ ਆਏ ਹਾਏ ਹਾਏ, ਇਹ ਜੀ ਆਏ, ਇਹ ਜੀ ਆਏ, ਸ਼ੇਰ ਲੱਗੇ ਉਹਨੂੰ ਪਤਾ ਲੱਗ ਗਿਆ ਜੀ ਆਇਆ ਹੈ ਸ਼ਹਿਜ਼ਾਦਾ ਜੀ, ਆਈ ਬੱਚਾ, ਆਏ ਹਾਏ ਆਏ ਹਾਏ ਹਾਏ। ਜੋੜੀ ਕੋ ਲੈਣਾ, ਰਹਿਣ ਨਾ ਖੋਲੋ, 360,000 ਦੀ ਇਹ ਬੱਚਾ ਦਿਖਾਓ। ਮਾਸ਼ਾਅੱਲਾ 1,90,000 ਦਾ, 1,90,000 ਦਾ ਮਾਸ਼ਾਅੱਲਾ ਜੀ ਚੱਕਰ ਜੀ ਦੋਂਦਾ। ਮਾਸ਼ਾਅੱਲਾ ਖੂਬਸੂਰਤੀ ਚੈੱਕ ਕੀਤੀ ਤੁਸੀਂ, ਮਾਸ਼ਾਅੱਲਾ ਮਾਲ ਵੀ ਚੈੱਕ ਕੀਤਾ, ਪਰ ਮਾਲ ਬਹੁਤ ਅੱਛਾ ਤਿਆਰ ਕੀਤਾ ਜੀ ਸਾਹਿਬ। ਐਂਡ ਦੇਖੋ ਫਿਰ, ਅਗਰ ਕੋਈ ਬਾਈ 4 ਬੱਚੇ ਲੈਂਦਾ ਹੈ, ਹਾਂ ਉਹਨੂੰ ਨਾਲ ਡਿਲੀਵਰੀ ਫ੍ਰੀ ਦੇਵਾਂਗੇ, 4 ਜਿਹੜਾ ਮਰਜ਼ੀ ਆਪਦੀ ਮਰਜ਼ੀ ਨਾਲ ਚੁਣ ਕੇ 4 ਲੈਂਦਾ ਹੈ, 2,35,000 ਰੁਪਏ ਦੇ ਹਿਸਾਬ ਨਾਲ 4 ਬੱਚੇ ਚੁਣ ਸਕਦਾ ਆਪਦੀ। ਡਿਲੀਵਰੀ ਕਿੰਨਾ ਪਾਉਂਦੇ ਹੋਵੇ? 200 ਕਿਲੋਮੀਟਰ ਤੱਕ ਡਿਲੀਵਰੀ ਦੇਵਾਂਗੇ 4 ਬੱਚਿਆਂ ਦੀ। ਕਿਸੇ ਵੀ ਫਾਰਮ ਤੋਂ 200 ਕਿਲੋਮੀਟਰ ਤੱਕ ਡਿਲੀਵਰੀ ਮਿਲੇ ਤਾਂ ਫਿਰ ਤੁਸੀਂ ਗੱਲ ਕਰਿਆ ਜੀ। ਓਕੇ ਵੀਰ ਜੀ, ਕਿਉਂਕਿ ਅਸੀਂ ਖੁਦ ਤਿਆਰ ਕੀਤਾ, ਸਾਡਾ ਵਪਾਰ ਦੇ ਅਸੀਂ 3 ਮਹੀਨੇ ਪਹਿਲੇ ਲੈ ਕੇ ਆਇਆ ਸੀ, ਨੈਚੁਰਲ ਖੁਰਾਕ ਤੇ ਤਿਆਰ ਕੀਤੇ ਨੇ, ਸੋਇਆ ਤੁਸੀਂ ਤੋਹਫੇ ਦੇ ਰਹੇ ਹਾਂ ਤੁਹਾਡੀ ਫੈਮਿਲੀ ਨੂੰ, ਜਿਹੜਾ ਤੁਹਾਨੂੰ ਈਦ ਗਿਫਟ ਕਿਹਾ ਸੀ ਉਹ ਇਹ ਗਿਫਟ ਹੈ ਜੀ। ਥੈਂਕ ਯੂ ਸਰ, ਬਹੁਤ ਮਿਹਰਬਾਨੀ, ਆਪਣੇ ਆਪਣਾ ਕੀਮਤੀ ਟਾਈਮ ਨਿਕਾਲਾ, ਤੋ ਦੋਵੇਂ ਯਾਦ ਰੱਖੀਏਗਾ, ਨੈਕਸਟ ਵੀਡੀਓ ਤੱਕ ਇੰਤਜ਼ਾਰ ਕੀਜੀਏਗਾ। ਆਪਣੇ ਬਾਈ ਅਜੀਤ ਖਾਨ ਦੋ ਜਾਸ, ਅਸਲਾਮ ਅਲੈਕੁਮ ਵਰਹਮਤੁਲਾਹੀ ਵਬਰਕਾਤ।